ਨੂੰ ਵਾਪਸ ਆਇਆ ਹੈ, ਇਹ ਨਾ ਕੇਲਿਆ ਨੰਬਰ ਲਾ ਕੇ ਗਿਆ, 1 2 3 4 5 6 ਹੈ, ਆਇਆ ਵਾਪਸ ਆਉਂਦਾ ਮੇਰਾ 5 ਨੰਬਰ ਕੇਲਿਆ ਕਿੱਥੇ। ਅੱਛਾ 4 ਨੰਬਰ ਪੂਰੇ ਤੋਂ 5 ਯਾਰ ਕਦੀਰ ਸਾਹਿਬ ਤੁਹਾਨੂੰ ਯਾਦ ਹੈ ਕਿ ਜਦੋਂ ਇਮਰਾਨ ਸਾਹਿਬ ਨੇ ਜਨਾਬ ਉੱਥੇ ਕਚਹਿਰੀ ਚੌਕ ਦੇ ਵਿੱਚ ਖਲੋ ਕੇ ਮੂਤਰਨਾ ਸੀ ਲੋ ਜੀ ਰਾਜਾ ਸਾਹਿਬ, ਇਹ ਅੱਜ ਨਾ ਰਾਜਾ ਸਾਹਿਬ ਦੀ ਮੌਜੂਦਗੀ 'ਚ ਮੈਂ ਇਨਕਸ਼ਾਫ ਕਰ ਰਿਹਾ, ਮੈਂ ਅਤੇ ਕਦੀਰ ਸਾਡੀ ਉਮਰ ਤਕਰੀਬਨ 39 ਸਾਲ ਹੋ ਗਈ, ਅਸੀਂ ਦੋਨੋਂ ਕਜ਼ਨ ਵੀ, ਇੱਕ ਘਰ ਦੀ ਪੈਦਾਇਸ਼, 39 ਸਾਲਾਂ 'ਚ ਅਸੀਂ ਕਦੀ ਨਾਰਾਜ਼ ਨਹੀਂ ਹੋਏ ਹੈ, ਇੱਕ ਦਿਨ ਵਾਸਤੇ ਵੀ, ਇੱਕ ਸੈਕਿੰਡ ਵਾਸਤੇ ਵੀ, ਅਸੀਂ ਦੋਵੇਂ ਭਰਾ ਕਜ਼ਨ ਨਹੀਂ ਨਾਰਾਜ਼ ਹੈ, ਸਾਡੀ ਕੋਈ ਹਿਸਟਰੀ ਨਹੀਂ ਨਾਰਾਜ਼ਗੀ ਦੀ, ਮਜ਼ਾਕ ਹੱਦ ਤੋਂ ਜ਼ਿਆਦਾ ਵੇ, ਅਤੇ ਸਾਡੀ ਕਿਸਮ 39 ਸਾਲਾਂ 'ਚ ਨਾ ਇੱਕ ਸੈਕਿੰਡ ਵਾਸਤੇ ਸਾਡੇ, ਬੜਾ ਵੱਡਾ ਸਬਕ ਦੇ ਰਹੇ ਹੋ ਸਾਨੂੰ ਸਾਰਿਆਂ ਨੂੰ ਵੀ, ਕਿ ਅਸੀਂ ਵੀ ਸਾਰੇ ਕਜ਼ਨ ਔਰ ਯਾਰ ਦੋਸਤ ਆਪਸ ਦੇ ਵਿੱਚ ਨਹੀਂ, ਕਿਸੇ ਕਿਸਮ ਦੀ ਸਾਡੀ ਇਹ ਰਿਕਾਰਡਿਡ ਹੀ ਨਹੀਂ ਹੈ ਕਜ਼ਨਾਂ ਦੀ ਆਪਸ ਦੇ ਵਿੱਚ, ਵੈਰੀ ਗੁੱਡ, ਪੜ੍ਹੇ ਵੀ ਇਕੱਠੇ ਹਾਂ, ਅਸੀਂ ਰੇ ਵੀ ਇਕੱਠੇ ਆ, ਔਰ ਬੜਾ ਅਲਹਮਦੁਲਿਲਾ ਮਜ਼ਾਕ ਆਪਣੇ ਕਦੀਰ ਸਾਹਿਬ, ਮਾਸ਼ਾਅੱਲਾ ਜੀ, ਪੈਸੇ ਦਿੱਤੇ ਹੁੰਦੇ ਆ ਕਦੀਰ ਨਾਲ, ਮੇਰਾ ਵੀ ਬੜਾ ਅੱਛਾ ਟਾਈਮ, ਕਦੀਰ ਸਾਹਿਬ ਨੇ ਪੈਸੇ ਜੋੜਨੇ ਕਰਨੇ ਨਹੀਂ ਕਿਹਾ ਹੁੰਦੇ ਆ, ਅਸੀਂ ਇਹਨਾਂ ਕੋਲ ਉਧਾਰ ਲੈ ਕੇ ਨਾ ਉਧਾਰ ਲੈ ਲੈਣੇ ਕਹਿੰਦੇ, ਕਦੀਰ ਸਾਹਿਬ ਸਾਡੇ ਫਾਈਨੈਂਸ਼ੀਅਲ ਸਪੋਰਟਰ ਵੀ ਰਹੇ ਨੇ ਬਚਪਨ ਦੇ, ਹਾਂ ਜੀ, ਬੜੇ ਕੇਲਿਆਂ ਨੂੰ ਨੰਬਰ ਲਾ ਕੇ ਰੱਖਦੇ ਨੇ ਸ਼ੁਰੂ ਤੋਂ, ਅੱਛਾ ਅੱਛਾ, ਹੋਰ ਬੰਦੇ ਨਹੀਂ ਬੰਦੇ ਸੀ ਰਾਜੇ ਸਾਹਿਬ, ਬੰਦੇ ਦੀ ਗੱਲ ਕਰੋ ਕਦੀਰ, ਬੰਦੇ ਦੀ ਗੱਲ ਕਰੋ ਕਦੀਰ, ਤੇ ਬਾਡੀ ਬਿਲਡਿੰਗ ਜੁਆਇਨ ਕਰ ਲਈ ਤੇ ਹੋਰ ਡਬਲ ਅੱਜ ਕੱਲ੍ਹ ਸਵਾਇਆ, ਉਹਨੇ ਕਹਿੰਦਾ ਕਦੀਰ ਸਾਹਿਬ ਡਬਲ ਚੁੱਕਿਆ ਨਾਲ ਹੀ ਡਿੱਗ ਪਏ ਯਾਦ ਹੀ, ਕਦੀਰ ਸਾਹਿਬ ਗਿਲਟਾ ਪੈ ਗਿਆ, ਫਿਰ ਬਾਅਦ ਜਨਾਬ ਬਾਡੀ ਬਿਲਡਿੰਗ ਕਰਕੇ, ਆਪਣੀਆਂ ਹਸੀਨ ਯਾਦਾਂ ਹੁੰਦੀਆਂ ਨੇ ਰਾਜਾ ਸਾਹਿਬ, ਤੇ ਮੈਂ ਤੇ ਕਦੀਰ ਸਾਹਿਬ ਮੇਰੇ ਕਜ਼ਨ, ਅਸੀਂ ਜ਼ਮੀਨਦਾਰ ਕਾਲਜ ਹੋਸਟਲ ਰਹਿੰਦੇ ਸੀ, ਤੇ ਅਸੀਂ ਰਾਤ ਨੂੰ ਨਾ ਫਲੂਦਾ ਖਾਨ ਜਾਣਾ ਸ਼ੇਖਾਂ ਦਾ, ਤੇ ਅਸੀਂ ਆਪਸ ਵਿੱਚ ਭਾਈਜਾਨ ਇਹ ਕਰਨਾ ਜੀ, ਜਿੰਨੀਆਂ ਰਾਹ 'ਚ ਰੇਹੜੀ ਆਉਣਗੀਆਂ ਉਹਨਾਂ ਸਾਰੀਆਂ ਰੇਹੜੀਆਂ ਤੋਂ ਕੋਈ ਨਾ ਕੋਈ ਚੀਜ਼ ਚੁੱਕ ਕੇ ਖਾਣੀ ਹੈ, ਤੇ ਸਾਰੇ ਰਸਤੇ ਸ਼ੁਗਲ ਮੇਲਾ ਲਾਉਂਦਾ ਜਾਣਾ, ਫ੍ਰੀ ਜਾਂ ਪੈਸੇ ਵੀ ਦੇ, ਫ੍ਰੀ ਭਾਈਜਾਨ, ਫ੍ਰੀ ਰੇਹੜੀਆਂ ਵਾਲੇ ਪੈਸੇ ਵੀ ਨਾਲ ਮੰਗਦੇ, ਇਮਰਾਨ ਸਾਹਿਬ ਕਹਿਣ ਦਾ ਮਕਸਦ ਹੈ, ਤੁਸੀਂ ਸਵਾਲ ਅੱਗੇ ਕੀਤਾ ਹੈ ਕਿ ਜ਼ਿੰਦਗੀ ਦੇ ਜਿਹੜੇ ਨਾ ਮੇਨ ਸਬਕ, ਅਸੀਂ ਜਦੋਂ ਪੜ੍ਹਦੇ ਰਹੇ ਹਾਂ ਉਦੋਂ ਸਾਨੂੰ ਕੋਈ, ਅੱਲਾਹ ਦਾ ਸ਼ੁਕਰ ਹੈ, ਫੈਮਿਲੀ ਦੀ ਸਪੋਰਟ ਵੀ ਐਸੀ, ਕੋਈ ਐਸਾ ਮਸਲਾ ਨਹੀਂ ਸੀ ਪੈਸਿਆਂ ਨੂੰ, ਮਗਰ ਅਸੀਂ ਜਿਹੜਾ ਨਾ ਬੜੀ ਕਫਾਤਸ਼ਾਹੀ ਨਾਲ ਉਹ ਟਾਈਮ ਗੁਜ਼ਾਰਿਆ, ਇੱਕ ਪਲੇਟ 'ਚ ਖਾਣਾ ਅਤੇ ਉਹ ਤੋਂ ਬਾਅਦ ਕੋਈ ਨਾਲ ਜਿਹੜਾ ਨਾ ਕੈਚਪ ਕੁਚਪ ਲੈ ਕੇ ਤੇ ਅਸੀਂ ਗੁਜ਼ਾਰਾ ਕਰਨਾ ਉਹ ਕੋਈ ਹਫ਼ਤਾ ਖਾਣ 'ਤੇ ਅਸੀਂ ਖਾ ਲਿਆ, ਹਫ਼ਤੇ ਤੋਂ ਬਾਅਦ ਸਾਨੂੰ ਕੰਟੀਨ ਲੱਗਿਆ, ਪੁੱਤਰ ਆਈ ਤੋਂ ਬਾਅਦ ਤੁਸਾਂ ਦੋਨਾਂ ਨੇ ਨਹੀਂ ਇੱਥੇ ਰੋਟੀ ਖਾਣੀ ਹੈ, ਤੁਸੀਂ ਨਹੀਂ ਇੱਥੇ ਆਉਣਾ ਹੈ ਸਾਡਾ ਨਾ, ਉਹਨਾਂ ਕਹਿ ਜੀ ਤੁਸੀਂ ਜਿਹੜੇ ਇਕੱਲੇ ਆਉਂਦੇ ਹੋ ਸਾਡੀਆਂ ਰੋਟੀਆਂ ਖਾ ਜਾਂਦੇ ਹੋ, ਤੇ ਬਾਕੀ ਜਿਹੜੇ ਨੇ ਇਹਨਾਂ ਨਾਲ ਸਾਧਨ ਲੈਂਦੇ ਨੇ ਤੇ ਇਹਨਾਂ ਦੇ ਜ਼ਿਆਦਾ ਖਾ ਜਾਂਦੇ ਸੋ, ਹਾਂ ਨਹੀਂ ਅਸੀਂ ਉਹ ਮਤਲਬ ਬਸ ਇੱਕ ਪਲੇਟ ਲੈ ਕੇ ਗੁਜ਼ਾਰਾ ਕਰਨਾ ਨਾ ਜੀ, ਅੱਛਾ ਅੱਛਾ, ਔਰ ਗ੍ਰੇਵੀ ਆਖੀਦਾ ਨਾ, ਹਾਂ ਗ੍ਰੇਵੀ ਨਾਲ, ਹੈ ਗ੍ਰੇਵੀ ਤੇ ਦਿਆ ਤੇ ਕੈਚਪ ਨਾਲ ਖਾ ਕੇ ਗੁਜ਼ਾਰਾ, ਨਹੀਂ ਇਹ ਤੇ ਅੱਛੀ ਗੱਲ ਹੈ ਨਾ, ਖਾਇਸ਼ਾਰੀ ਕਰਦੇ ਸੋ, ਇਹਦਾ ਮਕਸਦ ਹੈ ਕਿ ਜੀ ਅਸੀਂ ਉਹਨਾਂ ਟਾਈਮ ਨੂੰ ਜ਼ਾਇਆ ਨਹੀਂ ਕੀਤਾ, ਬੜਾ ਇਕਨੋਮਿਕਲ ਰਹਿ ਕੇ ਤੁਸੀਂ ਟਾਈਮ ਗੁਜ਼ਾਰਿਆ, ਲੈਣ ਦੀ ਅੱਲਾ ਸਾਨੂੰ ਫੈਸਿਲਿਟੀਆਂ ਵੀ ਆਇਆ ਸਨ, ਪੈਸਾ ਵੀ ਸੀ, ਮਗਰ ਅਸੀਂ ਜ਼ਾਇਆ ਨਹੀਂ ਕੀਤਾ ਉਸ ਟਾਈਮ, ਔਰ ਅੱਜ ਨਾ ਰੱਬ ਨੇ ਤੁਹਾਨੂੰ ਕਿੱਥੇ ਕਿਹੜੇ ਪੋਜੀਸ਼ਨ ਤੇ ਪਹੁੰਚਾਇਆ ਕਿ ਜਿੰਨੀਆਂ ਮਰਜ਼ੀ ਪਲੇਟਾਂ ਲੈ ਕੇ ਖਾਓ, ਰੇੜੀ ਤੇ ਬਲੋ ਕੇ ਖਾਈ ਦੇ ਹੋਏ ਨੇ।
ਓਏ ਅਲੀ ਇਹ ਘਰੋਂ ਆਉਂਦਾ ਨਾ ਅਸੀਂ ਕਦੇ ਨਹੀਂ ਗੱਲ ਕਰੋ ਮੈਨੂੰ ਗੱਲ ਯਾਦ ਆ ਗਈ ਯਾਦ ਹੀ ਨਹੀਂ ਕਿ ਦਿਨ ਯਾਦ ਹੀ ਅਸੀਂ ਇਮਰਾਨ ਆਇਆ ਸੀ ਕਿ ਇਮਰਾਨ ਨੂੰ ਨਾ ਰਹਿਣਾ ਇਹਨੂੰ ਬਾਹਰ ਕੱਢੋ ਅਸੀਂ ਨਹੀਂ ਰਹਿਣਾ ਹੈ ਯਾਦ ਹੀ ਇਸਲਾਮਾਬਾਦ ਨੂੰ ਵਾਪਸ ਆ ਰਹੇ ਤਾਂ ਤੂੰ ਗੱਡੀ ਰੋਕ ਲਈ ਸੀ ਇਹਨੂੰ ਲਾ ਓਏ ਫੁੱਲ ਗੁੱਸੇ ਚ ਤੇ ਮੇਰੇ ਹਾਸੇ ਨਾਲ ਰੁਕਣ ਕਦੀਰ ਵਾਪਸ ਆਇਆ ਸਾਰੀਆਂ ਯਕੀਆ ਕਰਵਾਉਂਦਾ ਉਹ ਇਹਨੂੰ ਭੈੜੀਆਂ ਪੱਤਾਂ ਦੱਸਦਾ ਸੀ ਉਂਗਲੀ ਕਰਵਾਉਂਦਾ ਸੀ ਪਿੱਛੂ ਉਂਗਲੀ ਕਰਦਾ ਸੀ ਇਹਦੇ ਨਾਲ ਪਾਣੀ ਲਿਆ ਕੇ ਸਾਰਿਆਂ ਦੀ ਅੱਜ ਪੀਣੀ ਹੈ ਜੀ ਪੀਣੀ ਹੈ ਉਹ ਸਾਰਾ ਜੋਆਂ ਵਾਲਾ ਪਾਣੀ ਪੀ ਕੇ ਬੈਠਾ ਹੈ ਜੀ ਚੜ੍ਹਦੀ ਹੋਈ ਨੀ ਪੀਆ ਯਾਲਾ ਯਾਰ ਹੀ ਬਰਾਦ ਅਸੀਂ ਬੈਠ ਰਹੇ ਚੜ੍ਹੀ ਹੋਈ ਨੀ ਹੈ ਯਾਰ